ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਮੇਰੇ ਜਗਮੋਹਨ ਸਿੰਘ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਅੱਜ 2 ਦਸੰਬਰ ਦਿਨ ਸ਼ੁੱਕਰਵਾਰ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਅਪਡੇਟ ਅਮਰੀਕਾ, ਜਿਸ ਦੇ ਵਿੱਚ ਤੁਹਾਨੂੰ ਵਰਲਡ ਨਿਊਜ਼, ਅਮਰੀਕਾ ਦੀਆਂ ਨਿਊਜ਼, ਮੌਸਮ ਦੇ ਬਾਰੇ ਜਾਣਕਾਰੀ, ਇਕਾਨਮੀ ਦੀ ਜਾਣਕਾਰੀ, ਵੱਖ ਵੱਖ ਕੰਟਰੀ ਦੇ ਹਿਸਾਬ ਨਾਲ ਕਰੰਸੀ ਐਕਸਚੇਂਜ ਰੇਟ ਅਤੇ ਸੋਨੇ ਤੇ ਚਾਂਦੀ ਦੇ ਭਾਅ ਦੱਸਾਂਗੇ। ਖਬਰਾਂ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਧੰਨਵਾਦ ਕਰਦੇ ਹਾਂ ਆਪਣੇ ਅੱਜ ਦੇ ਸਪੌਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਦੇ ਵਿੱਚ ਸਹਿਯੋਗ ਪਾਇਆ। ਅੱਜ ਦੀਆਂ ਖਬਰਾਂ ਨੂੰ ਸਪੌਂਸਰ ਕਰ ਰਹੇ ਹਨ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਸੈਨ ਹੋਜ਼ੇ ਤੋਂ, ਜੋ ਕਿ ਹਰ ਪ੍ਰਕਾਰ ਦੇ ਇੰਸ਼ੋਰੈਂਸ ਕਰਦੇ ਹਨ, ਅਤੇ ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਦੀ ਜਾਣਕਾਰੀ ਦੇ ਲਈ ਤੁਸੀਂ ਇਹਨਾਂ ਨੂੰ ਕਾਲ ਕਰ ਸਕਦੇ ਹੋ 408-272-2500 ਤੇ। ਇਸ ਦੇ ਨਾਲ ਨਾਲ ਸੰਤੋਖ ਸਿੰਘ ਵਾਸੀ ਪਰਮਜੀਤ ਕੌਰ ਜੀ ਵਾਸੀ ਫ੍ਰੀਮੌਂਟ ਤੋਂ, ਮਨਜੀਤ ਸਿੰਘ ਨਰਿੰਦਰ ਕੌਰ ਕੁਲਾਰ ਜੀ ਕਲੋਵਿਸ ਤੋਂ ਅਤੇ ਕੁਲਵਿੰਦਰ ਕੌਰ ਜੀ। ਜੇਕਰ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਜਾਂ ਪੰਜਾਬੀ ਰੇਡੀਓ USA ਦੇ ਕਿਸੇ ਵੀ ਹੋਰ ਪ੍ਰੋਗਰਾਮ ਨੂੰ ਸਪੌਂਸਰ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਕਾਲ ਕਰ ਸਕਦੇ ਹੋ 408-722-9898 ਤੇ, ਜਾਂ ਫਿਰ ਈਮੇਲ ਕਰ ਸਕਦੇ ਹੋ ਸਾਡੇ ਈਮੇਲ ਐਡਰੈਸ info@punjabiradiousa.com ਤੇ। ਪਹਿਲਾਂ ਚੋਣਵੀਆਂ ਖਬਰਾਂ। ਪ੍ਰੈਜ਼ੀਡੈਂਟ ਇਲੈਕਟ ਡੋਨਲਡ ਟਰੰਪ ਨੇ ਤਾਈਵਾਨ ਦੇ ਰਾਸ਼ਟਰਪਤੀ ਦੇ ਨਾਲ ਗੱਲਬਾਤ ਕੀਤੀ। ਪੈਨਸਲਵੇਨੀਆ ਦੇ ਵਿੱਚ ਡੋਨਲਡ ਟਰੰਪ ਤੇ ਹਿਲਰੀ ਕਲਿੰਟਨ ਦੇ ਨਾਲੋਂ ਲੀਡ ਲਗਾਤਾਰ ਘਟਦੀ ਜਾ ਰਹੀ ਹੈ। USC ਦੇ ਕੈਂਪਸ ਦੇ ਵਿੱਚ ਫੈਕਲਟੀ ਮੈਂਬਰ ਦੇ ਉੱਤੇ ਹਮਲਾ, ਉਸਦੀ ਮੌਕੇ ਤੇ ਮੌਤ। ਡਕੋਟਾ ਐਕਸਿਸ ਪਾਈਪਲਾਈਨ ਦੇ ਉੱਤੇ US ਵੈਟਰਨਸ ਨੇ ਪਹੁੰਚ ਕੇ ਪ੍ਰੋਟੈਸਟਰ ਦੇ ਲਈ ਬੈਰਕਾਂ ਬਣਾਈਆਂ। ਟੈਕਸਸ ਦੇ ਗਵਰਨਰ ਨੇ ਸੈਂਕਚੁਰੀ ਕੈਂਪਸ ਨੂੰ ਫੰਡਿੰਗ ਬੰਦ ਕਰਨ ਦਾ ਐਲਾਨ ਕੀਤਾ ਅਤੇ ਨਿਊਯਾਰਕ ਸਿਟੀ ਅਤੇ Airbnb ਨੇ ਚੱਲ ਰਹੇ ਆਪਣਾ ਲਾਸੂਟ ਸੈਟਲ ਕੀਤਾ। ਹੁਣ ਖਬਰਾਂ ਵਿਸਤਾਰ ਦੇ ਨਾਲ। ਪ੍ਰੈਜ਼ੀਡੈਂਟ ਇਲੈਕਟ ਡੋਨਲਡ ਟਰੰਪ ਨੇ ਪਹਿਲੀ ਵਾਰ 1979 ਤੋਂ ਬਾਅਦ ਤਾਈਵਾਨ ਦੇ ਲੀਡਰ ਦੇ ਨਾਲ ਮੁਲਾਕਾਤ ਕੀਤੀ। ਦੱਸਿਆ ਜਾ ਰਿਹਾ ਕਿ ਇਸ ਮੁਲਾਕਾਤ ਤੋਂ ਬਾਅਦ ਦੇ ਵਿੱਚ ਚਾਈਨਾ ਕਾਫੀ ਨਾਰਾਜ਼ ਹੋ ਰਿਹਾ ਹੈ, ਕਿਉਂਕਿ 35 ਸਾਲਾਂ ਤੋਂ ਬਾਅਦ ਕਿਸੇ ਵੀ US ਲੀਡਰ ਨੇ ਤਾਈਵਾਨ ਦੇ ਲੀਡਰ ਦੇ ਨਾਲ ਮੁਲਾਕਾਤ ਕੀਤੀ ਹੈ। ਪ੍ਰੈਜ਼ੀਡੈਂਟ ਇਲੈਕਟ ਡੋਨਲਡ ਟਰੰਪ ਨੇ ਟਵੀਟ ਕਰਦੇ ਹੋਏ ਕਿਹਾ ਕਿ ਤਾਈਵਾਨ ਦੇ ਪ੍ਰੈਜ਼ੀਡੈਂਟ ਨੇ ਮੈਨੂੰ ਟੈਲੀਫੋਨ ਕਾਲ ਕਰਕੇ ਸਭ ਤੋਂ ਪਹਿਲਾਂ ਚੋਣਾਂ ਜਿੱਤਣ ਦੀਆਂ ਵਧਾਈਆਂ ਦਿੱਤੀਆਂ ਅਤੇ ਉਸ ਤੋਂ ਬਾਅਦ ਦੇ ਵਿੱਚ ਉਹਨਾਂ ਦੋਨਾਂ ਲੀਡਰਸ ਨੇ ਆਪਸ ਦੇ ਵਿੱਚ ਫੋਨ ਦੇ ਰਾਹੀਂ ਗੱਲਬਾਤ ਕੀਤੀ। US ਹਾਲਾਂਕਿ ਅੰਡਰ ਦਾ ਟੇਬਲ ਪਹਿਲਾਂ ਤੋਂ ਹੀ ਤਾਈਵਾਨ ਦੇ ਨਾਲ ਚੰਗੇ ਸੰਬੰਧ ਰੱਖਦਾ ਰਿਹਾ ਹੈ, ਪਰ ਆਫੀਸ਼ੀਅਲ ਤੌਰ ਦੇ ਉੱਤੇ ਕਦੇ ਵੀ US ਅਤੇ ਤਾਈਵਾਨ ਦੇ ਲੀਡਰਸ ਦੇ ਵਿਚਕਾਰ ਗੱਲਬਾਤ ਨਹੀਂ ਹੋਈ ਸੀ। ਇਸ ਵਧਰੀ ਗੱਲਬਾਤ ਤੋਂ ਹਾਲਾਂਕਿ ਚਾਈਨਾ ਨੇ ਇਸ ਟੈਲੀਫੋਨ ਕਾਲ ਨੂੰ ਜ਼ਿਆਦਾ ਨਾ ਰਿਸਪੌਂਸ ਦਿੰਦੇ ਹੋਏ ਉੱਥੋਂ ਦੇ ਫੋਰਨ ਮਿਨਿਸਟਰ ਵੈਂਗ ਯੀ ਨੇ ਇਹੀ ਬੋਲਿਆ ਕਿ ਇੱਕ ਬਹੁਤ ਹੀ ਛੋਟਾ ਜਿਹਾ ਐਕਸ਼ਨ ਹੈ ਅਤੇ ਇਸ ਦੇ ਨਾਲ ਸਾਡੇ ਸੰਬੰਧਾਂ ਦੇ ਵਿੱਚ ਕੋਈ ਵੀ ਫਰਕ ਨਹੀਂ ਪਵੇਗਾ, ਪਰ ਜੇਕਰ ਅਮਰੀਕਾ ਤਾਈਵਾਨ ਦੇ ਨਾਲ ਸੰਬੰਧ ਅੱਗੇ ਵਧਾਉਂਦਾ ਹੈ ਤਾਂ ਚਾਈਨਾ ਇਸ ਦੇ ਉੱਤੇ ਦੁਬਾਰਾ ਗੌਰ ਕਰੇਗਾ। ਪੈਨਸਲਵੇਨੀਆ ਤੋਂ ਆ ਰਹੀ ਖਬਰ ਦੇ ਮੁਤਾਬਿਕ ਡੋਨਲਡ ਟਰੰਪ ਦੀ ਪੈਨਸਲਵੇਨੀਆ ਦੇ ਵਿੱਚ ਲੀਡ ਸ਼੍ਰਿੰਕ ਹੁੰਦੀ ਜਾ ਰਹੀ ਹੈ। ਨਵੀਆਂ ਆਈਆਂ ਟੈਲੀਸ ਦੇ ਮੁਤਾਬਿਕ ਡੋਨਲਡ ਟਰੰਪ ਦੀ ਲੀਡ ਹੁਣ ਸਿਰਫ 49,000 ਦੀ ਰਹਿ ਗਈ ਹੈ, ਜੋ ਕਿ ਪਹਿਲਾਂ 71,000 ਸੀ। ਜੇ ਪਰਸੈਂਟੇਜ ਵਾਈਜ਼ ਦੇਖੀਏ ਤਾਂ ਡੋਨਲਡ ਟਰੰਪ ਹੁਣ ਹਿਲਰੀ ਕਲਿੰਟਨ ਦੇ ਨਾਲੋਂ 0.8% ਲੀਡ 'ਤੇ ਚੱਲ ਰਹੇ ਹਨ। ਦੱਸਿਆ ਜਾ ਰਿਹਾ ਕਿ ਪੈਨਸਲਵੇਨੀਆ ਦੇ ਵਿੱਚ ਆਟੋਮੈਟਿਕ ਰੀਕਾਊਂਟ ਦੇ ਲਈ 0.5% ਤੋਂ ਜੇ ਲੀਡ ਘੱਟ ਹੋਵੇ ਤਾਂ ਉਹ ਆਟੋਮੈਟਿਕ ਰੀਕਾਊਂਟ ਸਟੇਟ ਦੇ ਵਿੱਚ ਹੋ ਜਾਵੇਗਾ। ਗ੍ਰੀਨ ਪਾਰਟੀ ਦੀ ਡਾਕਟਰ ਜਿਲ ਸਟਾਈਨ ਪਹਿਲਾਂ ਹੀ ਪੈਨਸਲਵੇਨੀਆ, ਮਿਸ਼ੀਗਨ ਅਤੇ ਵਿਸਕੌਨਸਿਨ ਦੇ ਵਿੱਚ ਰੀਕਾਊਂਟਿੰਗ ਦੇ ਲਈ ਪਟੀਸ਼ਨ ਲਾ ਚੁੱਕੀ ਹੈ, ਜਿੱਥੇ ਕਿ ਵਿਸਕੌਨਸਿਨ ਦੇ ਵਿੱਚ ਇਹ ਫੈਸਲਾ ਲਿਆ ਜਾ ਚੁੱਕਿਆ ਕਿ ਉੱਥੇ ਰੀਕਾਊਂਟ ਹੋਵੇਗਾ। ਰਿਪਬਲਿਕਨ ਪਾਰਟੀ ਹਾਲਾਂਕਿ ਇਸ ਨੂੰ ਲੈ ਕੇ ਕਾਫੀ ਵਿਰੋਧ ਕਰ ਰਹੀ ਹੈ ਅਤੇ ਉਹ ਕਹਿ ਰਹੇ ਹਨ ਕਿ ਵਿਸਕੌਨਸਿਨ ਦੇ ਵਿੱਚ ਰੀਕਾਊਂਟ ਨਾ ਕਰਵਾਇਆ ਜਾਵੇ, ਇਸ ਦੇ ਨਾਲ ਸਮੇਂ ਅਤੇ ਪੈਸੇ ਦੀ ਬਰਬਾਦੀ ਹੋਵੇਗੀ। ਪਰ ਮਿਸ਼ੀਗਨ ਦੇ ਵਿੱਚ ਵੀ ਰੀਕਾਊਂਟ ਦੇ ਲਈ ਕਹਿ ਦਿੱਤਾ ਗਿਆ ਹੈ, ਕਿਉਂਕਿ ਮਿਸ਼ੀਗਨ ਦੇ ਵਿੱਚ ਹਜੇ ਤੱਕ ਕਿਸੇ ਨੂੰ ਵੀ ਇਲੈਕਟਰਲ ਕਾਲਜ ਨਹੀਂ ਦਿੱਤੇ ਗਏ। ਸੋ ਹੁਣ ਮਿਸ਼ੀਗਨ ਅਤੇ ਵਿਸਕੌਨਸਿਨ ਦੋਨਾਂ ਦੇ ਵਿੱਚ ਹੀ ਵੋਟਿੰਗ ਦੀ ਰੀਕਾਊਂਟਿੰਗ ਹੋਣ ਜਾ ਰਹੀ ਹੈ। ਹਾਲਾਂਕਿ ਡੋਨਲਡ ਟਰੰਪ ਦੁਆਰਾ ਮਿਸ਼ੀਗਨ ਦੇ ਵਿੱਚ ਵੀ ਰੀਕਾਊਂਟਿੰਗ ਦਾ ਵਿਰੋਧ ਕੀਤਾ ਜਾ ਰਿਹਾ ਅਤੇ ਸਟੇਟ ਨੇ ਰੀਕਾਊਂਟਿੰਗ ਦੇ ਲਈ ਹਰੀ ਝੰਡੀ ਦਿੱਤੀ ਅਤੇ ਕੋਰਟ ਨੇ ਵੀ ਡੋਨਲਡ ਟਰੰਪ ਦੀ ਲਾਈ ਹੋਈ ਅਪੀਲ, ਜਿਸ ਦੇ ਵਿੱਚ ਮਿਸ਼ੀਗਨ ਦੇ ਵਿੱਚ ਰੀਕਾਊਂਟਿੰਗ ਰੋਕਣ ਦੀ ਗੱਲਬਾਤ ਕੀਤੀ ਗਈ ਸੀ, ਉਸ ਨੂੰ ਰਿਜੈਕਟ ਕਰ ਦਿੱਤਾ। ਹੁਣ ਦੇਖਣ ਵਾਲਾ ਹੁੰਦਾ ਹੈ ਕਿ ਪੈਨਸਲਵੇਨੀਆ ਦੇ ਵਿੱਚ ਕੀ ਰੀਕਾਊਂਟਿੰਗ ਕਰਵਾਉਣ ਦੇ ਲਈ ਗ੍ਰੀਨ ਪਾਰਟੀ ਦੁਬਾਰਾ ਕਾਮਯਾਬ ਹੋ ਜਾਂਦੀ ਹੈ, ਜਾਂ ਫਿਰ ਪੈਨਸਲਵੇਨੀਆ ਦੇ ਵਿੱਚ ਰੀਕਾਊਂਟਿੰਗ ਨਹੀਂ ਹੁੰਦੀ, ਕਿਉਂਕਿ ਪੈਨਸਲਵੇਨੀਆ ਇੱਕ ਬਹੁਤ ਹੀ ਮਹੱਤਵਪੂਰਨ ਸਟੇਟ ਹੈ। ਜੇਕਰ ਇਹਨਾਂ ਤਿੰਨਾਂ ਸਟੇਟਸ ਦੇ ਵਿੱਚ ਰਿਜ਼ਲਟ ਬਦਲਦੇ ਹਨ ਤਾਂ ਡੋਨਲਡ ਟਰੰਪ ਦੀ ਵਾਈਟ ਹਾਊਸ ਦੀ ਪੋਜੀਸ਼ਨ ਖਤਰੇ ਦੇ ਵਿੱਚ ਆਉਂਦੀ ਹੋਈ
ਦਿਖਾਈ ਦੇ ਸਕਦੀ ਹੈ। ਮਿਸ਼ੀਗਨ ਦੇ ਅਟਾਰਨੀ ਜਨਰਲ ਨੇ ਸਟੇਟ ਸੁਪਰੀਮ ਕੋਰਟ ਦੇ ਵਿੱਚ ਰੀਕਾਊਂਟਿੰਗ ਨੂੰ ਚੈਲੰਜ ਕੀਤਾ ਹੈ ਤੇ ਰੀਕਾਊਂਟਿੰਗ ਰੋਕਣ ਦੇ ਲਈ ਗੁਹਾਰ ਲਾਈ ਹੈ। ਅਟਾਰਨੀ ਜਨਰਲ ਡੋਨਲਡ ਟਰੰਪ ਦੇ ਹਮਾਇਤੀ ਹਨ, ਪਰ ਦੇਖਣ ਵਾਲਾ ਹੁੰਦਾ ਹੈ ਕਿ ਕੋਰਟ ਇਸ ਦੇ ਉੱਤੇ ਸਟੇ ਲਾਉਂਦੀ ਹੈ ਜਾਂ ਫਿਰ ਮਿਸ਼ੀਗਨ ਅਤੇ ਵਿਸਕੌਨਸਿਨ ਦੇ ਵਿੱਚ ਰੀਕਾਊਂਟਿੰਗ ਹੋਵੇਗੀ ਅਤੇ ਉਸ ਤੋਂ ਬਾਅਦ ਦੇ ਵਿੱਚ ਪੈਨਸਿਲਵੇਨੀਆ ਵੀ ਰੀਕਾਊਂਟਿੰਗ ਦੇ ਲਈ ਵੱਧ ਸਕਦਾ ਹੈ। ਯੂਨੀਵਰਸਿਟੀ ਆਫ ਸਦਰਨ ਕੈਲੀਫੋਰਨੀਆ ਦੇ ਵਿੱਚ ਅੱਜ ਦੁਪਹਿਰ ਇੱਕ ਫੈਕਲਟੀ ਮੈਂਬਰ ਦੇ ਉੱਤੇ ਹਮਲਾ ਕੀਤਾ ਗਿਆ। ਆਫੀਸਰਸ ਨੇ ਦੱਸਿਆ ਕਿ ਹਮਲਾਵਰ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਹੈ ਅਤੇ ਉਹ ਇੱਕ ਮੇਲ ਸਟੂਡੈਂਟ ਹੈ। ਇਸ ਹਮਲੇ ਦੇ ਵਿੱਚ ਫੈਕਲਟੀ ਮੈਂਬਰ ਦੀ ਥਾਂ ਤੇ ਹੀ ਮੌਤ ਹੋ ਗਈ ਅਤੇ ਉਸ ਦੀ ਉਮਰ ਤਕਰੀਬਨ 25 ਸਾਲ ਦੱਸੀ ਜਾਂਦੀ ਹੈ। ਪੁਲਿਸ ਨੇ ਦੱਸਿਆ ਕਿ ਉਹ ਇਸ ਦੇ ਬਾਰੇ ਫਰਦਰ ਜਾਂਚ ਕਰੇਗੀ ਅਤੇ ਜਾਂਚ ਕਰਨ ਤੋਂ ਪਹਿਲਾਂ ਉਹ ਇਸ ਦੇ ਬਾਰੇ ਕੁਝ ਜ਼ਿਆਦਾ ਮੀਡੀਆ ਦੇ ਵਿੱਚ ਨਹੀਂ ਬੋਲ ਸਕਦੇ। ਪਰ ਯੂਨੀਵਰਸਿਟੀ ਕੈਂਪਸ ਦੇ ਵਿੱਚ ਹੋਏ ਇਸ ਹਮਲੇ ਦੇ ਨਾਲ ਯੂਨੀਵਰਸਿਟੀ ਦੇ ਵਿੱਚ ਸੁਰੱਖਿਆ ਹਾਲਾਤਾਂ ਨੂੰ ਲੈ ਕੇ ਕਾਫ਼ੀ ਚਿੰਤਾ ਨਜ਼ਰ ਆ ਰਹੀ ਹੈ ਅਤੇ ਸਟੂਡੈਂਟਸ ਅਤੇ ਫੈਕਲਟੀ ਮੈਂਬਰ ਯੂਨੀਵਰਸਿਟੀ ਮੈਨੇਜਮੈਂਟ ਨੂੰ ਕੈਂਪਸ ਦੇ ਅੰਦਰ ਸੁਰੱਖਿਆ ਵਧਾਉਣ ਦੇ ਲਈ ਕਹਿ ਰਹੇ ਹਨ। ਡਕੋਟਾ ਐਕਸੈਸ ਪਾਈਪਲਾਈਨ ਜਿੱਥੇ ਕਿ ਫ੍ਰੀਜ਼ਿੰਗ ਟੈਂਪਰੇਚਰ ਤੋਂ ਵੀ ਥੱਲੇ ਪ੍ਰੋਟੈਸਟਰਸ ਪਾਈਪਲਾਈਨ ਦੇ ਵਿਰੁੱਧ ਲਗਾਤਾਰ ਡਟੇ ਹੋਏ ਹਨ ਅਤੇ ਉੱਥੇ ਹੀ ਆਪਣਾ ਕੈਂਪ ਲਾ ਕੇ ਬੈਠੇ ਹੋਏ ਹਨ। ਕੱਲ੍ਹ US ਵੈਟਰਨਸ ਉਹਨਾਂ ਦੀ ਮਦਦ ਦੇ ਲਈ ਪਹੁੰਚੇ ਅਤੇ US ਵੈਟਰਨਸ ਨੇ ਉੱਥੇ ਪ੍ਰੋਟੈਸਟਰਸ ਦੇ ਲਈ ਬੈਰਕਾਂ ਬਣਾ ਕੇ ਦਿੱਤੀਆਂ। ਇਸ ਕੜਾਕੇ ਦੀ ਠੰਡ ਦੇ ਵਿੱਚ ਜਿੱਥੇ ਕਿ ਉੱਥੇ ਬਰਫ਼ਬਾਰੀ ਵੀ ਹੋ ਰਹੀ ਹੈ, ਉੱਥੇ ਰੁਕ ਪਾਉਣਾ ਅਤੇ ਬਿਨਾਂ ਕਿਸੇ ਛੱਤ ਤੋਂ ਰਹਿ ਪਾਉਣਾ ਕਾਫ਼ੀ ਹੀ ਮੁਸ਼ਕਲ ਹੈ। ਸ਼ਾਇਦ ਇਸੇ ਲਈ ਵੈਟਰਨ ਅਮੈਰੀਕਨ ਇਹਨਾਂ ਨੇਟਿਵ ਅਮੈਰੀਕਨਸ ਦੀ ਸਪੋਰਟ ਦੇ ਲਈ ਉੱਥੇ ਪਹੁੰਚੇ ਅਤੇ ਨੇਟਿਵ ਅਮੈਰੀਕਨਸ ਨੂੰ US ਵੈਟਰਨਸ ਨੇ ਬੈਰਕਾਂ ਬਣਾ ਕੇ ਦਿੱਤੀਆਂ। ਦੱਸਿਆ ਜਾਂਦਾ ਹੈ ਕਿ ਇਸ ਮੌਕੇ ਤੇ ਤਕਰੀਬਨ 2100 ਵੈਟਰਨਸ ਸਟੈਂਡਿੰਗ ਰੌਕ ਦੇ ਉੱਤੇ ਪਹੁੰਚੇ ਅਤੇ ਉੱਥੇ ਜਾ ਕੇ ਉਹਨਾਂ ਨੇ ਪ੍ਰੋਟੈਸਟਰਸ ਦੀ ਮਦਦ ਕੀਤੀ। US ਆਰਮੀ ਜਨਰਲ ਵੈਸਲੀ ਕਲਾਰਕ ਨੇ ਦੱਸਿਆ ਕਿ ਕੱਲ੍ਹ ਤੱਕ ਤਕਰੀਬਨ 3500 ਵੈਟਰਨਸ ਇਹਨਾਂ ਦੀ ਮਦਦ ਦੇ ਲਈ ਇੱਥੇ ਪਹੁੰਚਣਗੇ। US ਪ੍ਰੈਜੀਡੈਂਟ ਇਲੈਕਟ ਡੋਨਲਡ ਟਰੰਪ ਨੇ ਵੀਰਵਾਰ ਨੂੰ ਕਿਹਾ ਸੀ ਕਿ ਉਹ ਪਾਈਪਲਾਈਨ ਦੀ ਕੰਪਲੀਸ਼ਨ ਨੂੰ ਸਪੋਰਟ ਕਰ ਰਹੇ ਹਨ, ਪਰ ਉੱਧਰ ਹੀ ਉਹਨਾਂ ਦੀ ਟ੍ਰਾਂਜ਼ਿਸ਼ਨ ਟੀਮ ਦਾ ਕਹਿਣਾ ਸੀ ਕਿ ਜੋ ਪ੍ਰੋਟੈਸਟਰਸ ਸ਼ਾਂਤਮਈ ਤਰੀਕੇ ਦੇ ਨਾਲ ਉੱਥੇ ਪ੍ਰੋਟੈਸਟ ਕਰ ਰਹੇ ਹਨ ਉਹ ਉਹਨਾਂ ਦਾ ਸਪੋਰਟ ਕਰਦੇ ਹਨ। ਇਸ ਮਾਮਲੇ ਦੇ ਉੱਤੇ ਕੋਈ ਵੀ ਸਰਕਾਰ ਜਾਂ ਫਿਰ ਆਉਣ ਵਾਲੀ ਸਰਕਾਰ ਕਿਸੇ ਵੀ ਤਰ੍ਹਾਂ ਦੀ ਗੱਲਬਾਤ ਸਾਫ਼ ਕਰਦੀ ਨਜ਼ਰ ਨਹੀਂ ਆ ਰਹੀ ਹੈ, ਜਿਸ ਦੇ ਕਾਰਨ ਦਿੱਕਤਾਂ ਇੱਥੇ ਵੱਧਦੀਆਂ ਹੀ ਜਾ ਰਹੀਆਂ ਹਨ। ਪ੍ਰੈਜ਼ੀਡੈਂਟ ਇਲੈਕਟ ਡੋਨਲਡ ਟਰੰਪ ਦੇ ਆਏ ਫੈਸਲੇ ਜਿਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਆਪਣੀ ਸਰਕਾਰ ਦੇ ਵਿੱਚ ਆਉਣ ਤੋਂ 100 ਦਿਨ ਦੇ ਅੰਦਰ ਅੰਦਰ ਉਹ ਸਭ ਤੋਂ ਪਹਿਲਾਂ ਸੈਂਕਚੁਅਰੀ ਸਿਟੀਜ਼ ਜੋ ਕਿ ਇਲੀਗਲ ਇਮੀਗ੍ਰੈਂਟਸ ਨੂੰ ਸ਼ਰਨ ਦਿੰਦੀਆਂ ਹਨ ਉਹਨਾਂ ਦੀ ਫੈਡਰਲ ਫੰਡਿੰਗ ਬੰਦ ਕਰਨਗੇ, ਤਾਂ ਇਸ ਤੋਂ ਬਾਅਦ ਦੇ ਵਿੱਚ ਸੈਨ ਫਰਾਂਸਿਸਕੋ, LA, ਨਿਊਯਾਰਕ ਇਹਨਾਂ ਸਾਰੇ ਸ਼ਹਿਰਾਂ ਤੋਂ ਪ੍ਰੈਜ਼ੀਡੈਂਟ ਇਲੈਕਟ ਡੋਨਲਡ ਟਰੰਪ ਦੇ ਖਿਲਾਫ਼ ਬਿਆਨ ਉੱਠੇ ਅਤੇ ਉਹਨਾਂ ਨੇ ਕਿਹਾ ਕਿ ਉਹ ਇਲੀਗਲ ਇਮੀਗ੍ਰੈਂਟਸ ਨੂੰ ਸ਼ਰਨ ਦੇਣਾ ਜਾਰੀ ਰੱਖਣਗੇ ਅਤੇ ਇਹਨਾਂ ਨੂੰ ਡਿਪੋਰਟ ਕਰਨ ਦੇ ਲਈ ਕਿਸੇ ਵੀ ਤਰੀਕੇ ਦੇ ਨਾਲ ਇਮੀਗ੍ਰੇਸ਼ਨ ਅਧਿਕਾਰੀਆਂ ਦੇ ਨਾਲ ਕੋਆਰਡੀਨੇਟ ਨਹੀਂ ਕਰਨਗੇ। ਪਰ ਉੱਧਰ ਹੀ ਟੈਕਸਸ ਦੇ ਗਵਰਨਰ ਦਾ ਬਿਆਨ ਆਇਆ ਹੈ ਕਿ ਉਹ ਟੈਕਸਸ ਦੇ ਵਿੱਚ ਚੱਲ ਰਹੀ ਸੈਂਚੁਰੀ ਕੈਂਪਸ ਨੂੰ ਫੰਡਿੰਗ ਬੰਦ ਕਰ ਦੇਣਗੇ, ਜੋ ਕਿ ਸਟੇਟ ਦੁਆਰਾ ਵੀ ਦਿੱਤੀ ਜਾ ਰਹੀ ਹੈ। ਟੈਕਸਸ ਸਟੇਟ ਪਹਿਲਾਂ ਤੋਂ ਹੀ ਰਿਫਿਊਜੀਜ਼ ਇਲੀਗਲ ਇਮੀਗ੍ਰੈਂਟਸ ਦੇ ਖਿਲਾਫ਼ ਕਾਫ਼ੀ ਸਖ਼ਤ ਰਹੀ ਹੈ ਅਤੇ ਟੈਕਸਸ ਗੌਰਮੈਂਟ ਨੇ ਰਾਸ਼ਟਰਪਤੀ ਬਰਾਕ ਓਬਾਮਾ ਦਾ ਸੀਰੀਆ ਦੇ ਰਿਫਿਊਜੀਜ਼ ਨੂੰ ਅਮੈਰੀਕਾ ਦੇ ਵਿੱਚ ਸ਼ਰਨ ਦੇਣ ਦੇ ਪਲਾਨ ਨੂੰ ਵੀ ਕੋਰਟ ਦੇ ਵਿੱਚ ਚੈਲੰਜ ਕੀਤਾ ਸੀ ਅਤੇ ਆਪਣੀ ਸਟੇਟ ਦੇ ਵਿੱਚ ਕਿਸੇ ਵੀ ਤਰ੍ਹਾਂ ਦੇ ਸੀਰੀਅਨ ਰਿਫਿਊਜੀ ਨੂੰ ਜਗ੍ਹਾ ਦੇਣ ਤੋਂ ਇਨਕਾਰ ਕਰ ਦਿੱਤਾ ਸੀ। Airbnb ਕੰਪਨੀ ਜਿਸਨੇ ਕਿ ਘਰ ਰੈਂਟ ਦੇਣ ਦਾ ਪਲੇਟਫਾਰਮ ਸ਼ੁਰੂ ਕੀਤਾ ਸੀ, ਇਸ ਨੂੰ ਨਿਊਯਾਰਕ ਦੇ ਵਿੱਚ ਸਰਕਾਰ ਦੇ ਦੁਆਰਾ ਬੰਦ ਕਰ ਦਿੱਤਾ ਗਿਆ ਸੀ। ਨਿਊਯਾਰਕ ਸਿਟੀ ਦੇ ਮੇਅਰ ਨੇ ਕਿਸੇ ਵੀ ਵਿਅਕਤੀ ਨੂੰ ਜੋ ਕਿ Airbnb ਦੇ ਉੱਤੇ ਆਪਣੇ ਘਰ ਰੈਂਟ ਦੀ ਐਡ ਲਾਉਂਦਾ ਹੈ ਉਸ ਨੂੰ $7,500 ਦੇ ਫਾਈਨ ਦੀ ਘੋਸ਼ਣਾ ਕੀਤੀ ਸੀ। ਉਸ ਤੋਂ ਬਾਅਦ ਦੇ ਵਿੱਚ ਹੀ ਨਿਊਯਾਰਕ ਸਟੇਟ ਦੇ ਉੱਤੇ Airbnb ਨੇ ਲਾਸੂਟ ਫਾਈਲ ਕੀਤਾ ਸੀ ਅਤੇ ਅੱਜ ਇਹ ਲਾਸੂਟ ਦੋਨਾਂ ਸਿਟੀਜ਼ ਅਤੇ ਕੰਪਨੀ ਦੇ ਵੱਲੋਂ ਸੈਟਲ ਕਰ ਲਿਆ ਗਿਆ ਹੈ। ਸੈਟਲਮੈਂਟ ਦੀ ਟਰਮ ਦੇ ਵਿੱਚ ਨਿਊਯਾਰਕ ਸਿਟੀ ਦੁਆਰਾ ਇਹ ਮੰਨਿਆ ਗਿਆ ਕਿ ਜੋ ਲਾਅ ਨਿਊਯਾਰਕ ਸਿਟੀ ਨੇ ਪਾਸ ਕੀਤਾ ਉਸ ਦੇ ਵਿੱਚ ਕੰਪਨੀ ਦੇ ਵਿਰੁੱਧ ਕੁਝ ਵੀ ਨਹੀਂ ਹੈ ਅਤੇ ਇਹ ਸਿਰਫ ਉਹਨਾਂ ਇੰਡੀਵਿਜੁਅਲਸ ਦੇ ਖਿਲਾਫ ਫਾਈਨ ਹੋਵੇਗਾ ਜੋ ਕਿ ਰੂਲ ਵਾਇਲੇਟ ਕਰਦੇ ਹੋਏ ਕੰਪਨੀ ਦੇ ਉੱਤੇ ਆਪਣੀ ਐਡ ਪਾਉਣਗੇ। ਕੰਪਨੀ ਨੇ ਕਿਹਾ ਕਿ ਹਾਲਾਂਕਿ ਉਹ ਇਸ ਤਰੀਕੇ ਦਾ ਪੂਰਾ ਖਿਆਲ ਰੱਖਦੇ ਹਨ ਕਿ ਕੋਈ ਵੀ ਵਿਅਕਤੀ ਜੋ ਕਿ ਕੰਪਨੀ ਦੀ ਵੈਬਸਾਈਟ 'ਤੇ ਆਪਣੇ ਘਰ ਦੀ ਰੈਂਟ ਦੀ ਐਡ ਦੇ ਰਿਹਾ ਹੈ ਉਹ ਕੋਈ ਲਾਅ ਜਾਂ ਫਿਰ ਕੋਈ ਰੂਲ ਵਾਇਲੇਟ ਨਹੀਂ ਕਰ ਰਿਹਾ, ਪਰ ਇਹ ਫਿਰ ਵੀ ਉਸ ਇੰਡੀਵਿਜੁਅਲ ਦੀ ਜ਼ਿੰਮੇਵਾਰੀ ਹੁੰਦੀ ਹੈ। ਸੋ ਨਿਊਯਾਰਕ ਸਿਟੀ ਦੇ ਮੇਅਰ ਨੇ ਇਸ ਸਮੇਂ ਕੰਪਨੀ ਦੇ ਨਾਲ ਇਹ ਲਾਅ ਸੂਟ ਸੈਟਲ ਕਰ ਲਿਆ।
ਇਸ ਹਨ ਅੱਜ ਦੀਆਂ ਕੁਝ ਖਾਸ ਖਬਰਾਂ। ਹੁਣ ਵੱਧਦੇ ਹਾਂ ਮੌਸਮ ਦੀ ਜਾਣਕਾਰੀ ਦੇ ਵੱਲ। ਸ਼ਨੀਵਾਰ ਨੂੰ ਸੈਨ ਹੋਜ਼ੇ ਦੇ ਵਿੱਚ ਹਾਈ ਟੈਂਪਰੇਚਰ ਰਹੇਗਾ 64 ਡਿਗਰੀ ਅਤੇ ਰਾਤ ਨੂੰ ਲੋਅ ਟੈਂਪਰੇਚਰ 44 ਡਿਗਰੀ। ਸੈਨ ਫਰਾਂਸਿਸਕੋ ਦੇ ਵਿੱਚ 61 ਡਿਗਰੀ ਹਾਈ ਅਤੇ ਰਾਤ ਨੂੰ 47 ਡਿਗਰੀ ਲੋਅ। ਸੈਕਰਾਮੈਂਟੋ ਦੇ ਵਿੱਚ 62 ਡਿਗਰੀ ਹਾਈ ਅਤੇ ਰਾਤ ਨੂੰ 38 ਡਿਗਰੀ ਲੋਅ। ਯੂਬਾ ਸਿਟੀ ਦੇ ਵਿੱਚ 63 ਡਿਗਰੀ ਹਾਈ ਅਤੇ ਰਾਤ ਨੂੰ 39 ਡਿਗਰੀ ਲੋਅ। ਸਟੌਕਟਨ ਦੇ ਵਿੱਚ 60 ਡਿਗਰੀ ਹਾਈ ਅਤੇ ਰਾਤ ਨੂੰ 37 ਡਿਗਰੀ ਲੋਅ। ਟ੍ਰੇਸੀ ਦੇ ਵਿੱਚ 61 ਡਿਗਰੀ ਹਾਈ ਅਤੇ ਰਾਤ ਨੂੰ 41 ਡਿਗਰੀ ਲੋਅ। ਮੋਡੈਸਟੋ ਦੇ ਵਿੱਚ 60 ਡਿਗਰੀ ਹਾਈ ਅਤੇ ਰਾਤ ਨੂੰ 38 ਡਿਗਰੀ ਲੋਅ। ਫ੍ਰੈਜ਼ਨੋ ਦੇ ਵਿੱਚ 55 ਡਿਗਰੀ ਹਾਈ ਅਤੇ ਰਾਤ ਨੂੰ 35 ਡਿਗਰੀ ਲੋਅ ਰਹੇਗਾ। ਬੇਕਰਫੀਲਡ ਦੇ ਵਿੱਚ 60 ਡਿਗਰੀ ਹਾਈ ਅਤੇ ਰਾਤ ਨੂੰ 38 ਡਿਗਰੀ ਲੋਅ। ਲੋਸ ਏਂਜਲਸ ਦੇ ਵਿੱਚ 70 ਡਿਗਰੀ ਹਾਈ ਅਤੇ ਰਾਤ ਨੂੰ 48 ਡਿਗਰੀ ਲੋਅ। ਟਰਕੀ ਦੇ ਵਿੱਚ 45 ਡਿਗਰੀ ਹਾਈ ਅਤੇ ਰਾਤ ਨੂੰ 22 ਡਿਗਰੀ ਲੋਅ ਰਹੇਗਾ। ਸਾਊਥ ਲੇਕ ਟਾਹੋ ਦੇ ਵਿੱਚ 46 ਡਿਗਰੀ ਹਾਈ ਅਤੇ ਰਾਤ ਨੂੰ 24 ਡਿਗਰੀ ਲੋਅ। ਪੋਰਟਲੈਂਡ ਓਰੇਗਨ ਦੇ ਵਿੱਚ 50 ਡਿਗਰੀ ਹਾਈ ਅਤੇ ਰਾਤ ਨੂੰ 45 ਡਿਗਰੀ ਲੋਅ ਰਹੇਗਾ। ਇੱਥੇ ਰਾਤ ਨੂੰ ਮੀਂਹ ਪੈਣ ਦੀ ਪੂਰੀ ਸੰਭਾਵਨਾ ਹੈ। ਸੈਟਲ ਦੇ ਵਿੱਚ 49 ਡਿਗਰੀ ਹਾਈ ਅਤੇ ਰਾਤ ਨੂੰ 40 ਡਿਗਰੀ ਲੋਅ। ਫਲੈਗਸਟਾਫ ਐਰੀਜ਼ੋਨਾ ਦੇ ਵਿੱਚ 38 ਡਿਗਰੀ ਹਾਈ ਅਤੇ ਰਾਤ ਨੂੰ 22 ਡਿਗਰੀ ਲੋਅ ਰਹੇਗਾ। ਸੋਲਟ ਲੇਕ ਸਿਟੀ ਯੂਟਾ ਦੇ ਵਿੱਚ 35 ਡਿਗਰੀ ਹਾਈ ਅਤੇ ਰਾਤ ਨੂੰ 25 ਡਿਗਰੀ ਲੋਅ ਰਹੇਗਾ। ਸ਼ਿਕਾਗੋ ਦੇ ਵਿੱਚ 39 ਡਿਗਰੀ ਹਾਈ ਅਤੇ ਰਾਤ ਨੂੰ 31 ਡਿਗਰੀ ਲੋਅ। ਨਿਊਯਾਰਕ ਦੇ ਵਿੱਚ 48 ਡਿਗਰੀ ਹਾਈ ਅਤੇ ਰਾਤ ਨੂੰ 36 ਡਿਗਰੀ ਲੋਅ ਰਹੇਗਾ। ਟੋਰਾਂਟੋ ਕੈਨੇਡਾ ਦੇ ਵਿੱਚ 5 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ -1 ਡਿਗਰੀ ਸੈਲਸੀਅਸ ਲੋਅ ਰਹੇਗਾ। ਵਿਨੀਪੈਗ ਦੇ ਵਿੱਚ 0 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ -2 ਡਿਗਰੀ ਸੈਲਸੀਅਸ ਲੋਅ। ਕੈਲਗਰੀ ਦੇ ਵਿੱਚ 5 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ -8 ਡਿਗਰੀ ਸੈਲਸੀਅਸ ਲੋਅ ਰਹੇਗਾ। ਵੈਨਕੂਵਰ ਦੇ ਵਿੱਚ 9 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 1 ਡਿਗਰੀ ਸੈਲਸੀਅਸ ਲੋਅ। ਪੰਜਾਬ ਅੰਮ੍ਰਿਤਸਰ ਦੇ ਵਿੱਚ 27 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 8 ਡਿਗਰੀ ਸੈਲਸੀਅਸ ਲੋਅ ਰਹੇਗਾ। ਮੈਲਬਰਨ ਆਸਟ੍ਰੇਲੀਆ ਦੇ ਵਿੱਚ 22 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 10 ਡਿਗਰੀ ਸੈਲਸੀਅਸ ਲੋਅ। ਲੰਡਨ ਦੇ ਵਿੱਚ 7 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 1 ਡਿਗਰੀ ਸੈਲਸੀਅਸ ਲੋਅ। ਬਰਲਿਨ ਦੇ ਵਿੱਚ 3 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ -4 ਡਿਗਰੀ ਸੈਲਸੀਅਸ ਲੋਅ। ਅਤੇ ਫਰਾਂਸ ਪੈਰਿਸ ਦੇ ਵਿੱਚ 6 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ -2 ਡਿਗਰੀ ਸੈਲਸੀਅਸ ਲੋਅ ਰਹੇਗਾ। ਇਹ ਸੀ ਮੌਸਮ ਦੀ ਜਾਣਕਾਰੀ। ਹੁਣ ਵੱਧਦੇ ਹਾਂ ਸਟਾਕ ਮਾਰਕੀਟ ਦੀ ਇਨਫੋਰਮੇਸ਼ਨ ਦੇ ਵੱਲ। ਸ਼ੁੱਕਰਵਾਰ ਨੂੰ ਕਲੋਜ਼ਿੰਗ ਦੇ ਸਮੇਂ ਡਾਓ ਜੋਨਜ਼ 21 ਅੰਕਾਂ ਦੀ ਗਿਰਾਵਟ ਦੇ ਨਾਲ 19,170.42 ਤੇ ਬੰਦ ਹੋਇਆ। ਨੈਸਡੈਕ 4 ਅੰਕ ਵੱਧ ਕੇ 5,255.65 ਤੇ ਬੰਦ ਹੋਇਆ। S&P 2,191.95 ਤੇ ਬੰਦ ਹੋਇਆ। ਵਿਲਸ਼ਾਇਰ 5,014 ਅੰਕ ਵੱਧ ਕੇ 22,928.72 ਤੇ ਬੰਦ ਹੋਇਆ। ਅੱਜ ਦਾ ਸਭ ਤੋਂ ਮਸ਼ਹੂਰ ਸਟਾਕ ਫਿਟਬਿਟ ਕੰਪਨੀ ਦਾ ਰਿਹਾ, ਜਿਸ ਦੀ ਕੀਮਤ 8.14 ਰਹੀ। ਕਰੰਸੀ ਐਕਸਚੇਂਜ ਰੇਟ ਦੇ ਵਿੱਚ 1 US ਡਾਲਰ ਦੀ ਕੀਮਤ 68 ਰੁਪਏ 1 ਪੈਸੇ, 1 ਕੈਨੇਡੀਅਨ ਡਾਲਰ ਦੀ ਕੀਮਤ 51 ਰੁਪਏ 17 ਪੈਸੇ, 1 ਬ੍ਰਿਟਿਸ਼ ਪਾਊਂਡ ਦੀ ਕੀਮਤ 86 ਰੁਪਏ 61 ਪੈਸੇ, 1 ਆਸਟ੍ਰੇਲੀਅਨ ਡਾਲਰ ਦੀ ਕੀਮਤ 50 ਰੁਪਏ 72 ਪੈਸੇ, 1 ਯੂਰੋ ਦੀ ਕੀਮਤ 72 ਰੁਪਏ 54 ਪੈਸੇ, 1 ਨਿਊਜ਼ੀਲੈਂਡ ਡਾਲਰ ਦੀ ਕੀਮਤ 48 ਰੁਪਏ 58 ਪੈਸੇ, 1 ਸਿੰਗਾਪੁਰ ਡਾਲਰ ਦੀ ਕੀਮਤ 47 ਰੁਪਏ 91 ਪੈਸੇ, 1 ਬਹਿਰੀਨੀ ਦਿਨਾਰ ਦੀ ਕੀਮਤ 180 ਰੁਪਏ 37 ਪੈਸੇ, 1 ਕੁਵੈਤੀ ਦਿਨਾਰ ਦੀ ਕੀਮਤ 222 ਰੁਪਏ 93 ਪੈਸੇ। ਸੋਨੇ ਦਾ ਰੇਟ $1,177.02 ਪਰ ਔਂਸ ਰਿਹਾ ਅਤੇ ਚਾਂਦੀ $16.71 ਪਰ ਔਂਸ ਰਹੀ। ਇਸੇ ਦੇ ਨਾਲ ਅੱਜ ਦਾ ਇਹ ਖਬਰਾਂ ਦਾ ਬੁਲੇਟਿਨ ਇੱਥੇ ਹੀ ਸਮਾਪਤ ਕਰਦੇ ਹਾਂ। ਇਜਾਜ਼ਤ ਦਿਓ। ਉਮੀਦ ਹੈ ਕਿ ਤੁਹਾਨੂੰ ਅੱਜ ਦਾ ਇਹ ਪ੍ਰੋਗਰਾਮ ਪਸੰਦ ਆਇਆ ਹੋਵੇਗਾ। ਕਿਸੇ ਵੀ ਤਰ੍ਹਾਂ ਦੇ ਫੀਡਬੈਕ ਦੇ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ 408-272-100 ਤੇ, ਜਾਂ ਫਿਰ ਈਮੇਲ ਕਰ ਸਕਦੇ ਹੋ ਸਾਡੀ ਈਮੇਲ ਐਡਰੈਸ info@punjabiradiousa.com ਤੇ। ਇੱਕ ਵਾਰੀ ਫਿਰ ਸਾਰੇ ਸਪੌਂਸਰਸ ਦਾ ਬਹੁਤ ਬਹੁਤ ਧੰਨਵਾਦ। ਮਿਲਦੇ ਹਾਂ ਅਪਡੇਟ ਅਮਰੀਕਾ ਦੇ ਅਗਲੇ ਅੰਕ ਵਿੱਚ। ਤਦ ਤੱਕ ਲਈ ਸਾਰਿਆਂ ਨੂੰ ਪਿਆਰ ਅਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।